ਠੀਕ ਹੈ ਅਤੇ ਇੱਕ ਸ਼ੋਪ ਦਾ ਕੀ ਨਾਮ ਆ ਸ਼ਨੇਸ਼ਵਰ ਇੰਟਰਪ੍ਰਾਈਜ਼ ਠੀਕ ਹੈ ਇਹ ਕੀ ਗੱਲ ਹੋਈ ਸੀ ਸਰ ਸਵੇਰੇ ਮੈਨੂੰ ਫਰੂਟ ਵਾਲੇ ਦਾ ਫੋਨ ਆਇਆ ਕਿ ਤਾਲੇ ਟੁੱਟੇ ਪਏ ਤੁਹਾਡੇ ਅਤੇ ਮੈਂ 7 ਵਜੇ ਟਾਈਮ ਸੀਗਾ ਮੈਂ ਨਾਲ ਹੀ ਉਸੇ ਟਾਈਮ ਆ ਗਿਆ ਅਤੇ ਮੈਂ ਆ ਕੇ ਦੇਖਿਆ ਸ਼ਟਰ ਸ਼ੁਟਰ ਐਨ ਚੱਕੇ ਹੋਏ ਸਾਰਾ ਕੁਝ ਬੂਹੇ ਬੂਹੇ ਟੁੱਟੇ ਹੋਏ ਤਾਂ ਮੇਰੇ ਕੋਲ ਕੈਮਰੇ ਚੱਲਦੇ ਆ ਮੋਬਾਈਲ 'ਤੇ ਮੈਂ ਚੈੱਕ ਕੀਤਾ ਇਹ ਸਾਰੇ ਗੱਲੇ ਗੁਲੇ ਟੁੱਟੇ ਪਏ ਗਏ ਮੋਬਾਈਲ ਦੇ ਉੱਤੇ ਹੀ ਫਿਰ ਮੈਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਮੌਕੇ 'ਤੇ ਆ ਗਈ ਮੌਕੇ 'ਤੇ ਆ ਗਏ ਅਤੇ ਉਹਨਾਂ ਨੇ ਆਪਣੀ ਕਾਰਵਾਈ ਕੀਤੀ ਅਤੇ ਉਹਨਾਂ ਨੇ ਗੱਲੇ ਗੁਲੇ ਸਭ ਕੁਝ ਚੈੱਕ ਕੀਤਾ ਸਭ ਕੁਝ ਟੁੱਟਿਆ 6-7-8 ਲੱਖ ਰੁਪਏ 'ਚ ਕੈਸ਼ ਸੀਗਾ ਕੋਈ ਡੋਲਰ ਵਗੈਰਾ ਸੀਗੇ ਠੀਕ ਆ ਅਤੇ 1-1.5 ਲੱਖ 2 ਲੱਖ ਦੇ ਬਾਕੀ ਕੈਸ਼ ਸੀ ਅਤੇ ਜਦੋਂ ਮੌਕੇ 'ਤੇ ਪੁਲਿਸ ਆਪਣੀ ਕਾਰਵਾਈ ਕਰਕੇ ਚਲੇ ਗਈ CCTV ਲੈ ਗਏ ਆਪਣੇ ਕੈਮਰੇ 'ਚ ਜੋ ਫੋਟੋ ਸਿਰਫ ਵਗੈਰਾ ਕਢਾ ਕੇ ਲੈ ਗਏ ਹੋਏ ਆ ਉਹ ਕਹਿੰਦੇ ਹੁਣ ਕਾਰਵਾਈ ਕਰਾਂਗੇ ਜੀ ਕਿੰਨੇ ਕੁ ਜਾਣੇ ਸੀਗੇ 2 ਜਾਣੇ ਆਏ ਜੀ 2 ਜਾਣੇ ਆਪਾਂ ਦੇਖੇ ਜੀ CCTV ਫੁਟੇਜ ਜਿਹੜੀ ਤੁਸੀਂ ਦੇਖੀ ਹੈ ਤੁਹਾਨੂੰ ਕਿਸੇ ਦਾ ਸ਼ੱਕ ਜਾਂ ਕੋਈ ਆਉਂਦਾ ਜਾਂਦਾ ਹੋਵੇ ਤਾਂ ਕਿਸੇ ਦਾ ਕੋਈ ਸ਼ੱਕ ਨਹੀਂ ਹੁਣ ਕੀ ਮੰਗ ਕੀ ਕਰਦੇ ਹੋ ਇਨਸਾਨ ਮੰਗਦੇ ਇਹਦੇ ਐਕਚੁਅਲੀ ਜੀ June 2 ਅਤੇ 3 ਦੀ ਦਰਮਿਆਨੀ ਰਾਤ ਨੂੰ ਇੱਥੇ ਬੱਸ ਸਟੈਂਡ ਦੇ ਸਾਹਮਣੇ ਇੱਕ ਦੁਕਾਨ ਹੈ ਟਰੈਵਲ ਏਜੰਟ ਦੀ ਨਾਲ ਉਹ ਮਨੀ ਚੇਂਜਰ ਦਾ ਵੀ ਕੰਮ ਕਰਦਾ ਅਤੇ ਉਹਦੀ ਦੁਕਾਨ ਦੇ ਵਿੱਚ ਰਾਤ ਤੋਂ ਸ਼ਟਰ ਜਿਹੜਾ ਹੈਗਾ ਤੋੜ ਕੇ ਅਰਾਊਂਡ 7 ਲੱਖ ਦੀ ਨਕਦੀ ਅਤੇ ਮੋਬਾਈਲ ਫੋਨ ਚੋਰੀ ਹੋਇਆ ਸੀਗਾ ਉਹ ਅਸੀਂ ਸਾਡੇ ਸਰਦਾਰ ਜਿਹੜੇ ਹੈਗੇ ਰਾਜਪਾਲ ਸਿੰਘ ਸੰਧੂ SSP ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ ਜਿਹੜਾ ਸੀ ਉਦੋਂ ਹੀ ਜੀ ਸਾਡੀ ਟੀਮਾਂ ਹੈਗੀਆਂ ਨੇ CIA ਦੀ ਟੀਮ ਅਤੇ ਟੈਕਨੀਕਲ ਸੈੱਲ ਦੀ ਟੀਮ ਸਾਡੀ DSP ਸਾਹਿਬ ਦੇ ਨਿਗਰਾਨੀ ਹੇਠ ਅਤੇ DSP ਸਿਟੀ ਇਹਨਾਂ ਦੇ ਨਿਗਰਾਨੀ ਹੇਠ ਸਾਡੀਆਂ ਟੀਮਾਂ ਨੇ ਉਦੋਂ ਹੀ ਜਿਹੜਾ ਇੱਥੇ ਵਰਕਆਊਟ ਕਰਨਾ ਸਟਾਰਟ ਕੀਤਾ ਸਾਨੂੰ ਵਿਦਿਨ 3 ਦਿਨ ਦੇ ਵਿੱਚ ਹੀ ਅਸੀਂ ਇਹ ਜਿਹੜੀ ਵਾਰਦਾਤ ਸੀਗੀ ਚੋਰੀ ਦੀ ਇਹ ਅਸੀਂ ਟਰੇਸ ਆਊਟ ਕਰ ਲਈ ਹੈ ਇਹਦੇ ਵਿੱਚ ਅਸੀਂ 7 ਲੱਖ ਰੁਪਈਆ ਜਿਹੜਾ ਹੈਗਾ ਅਤੇ ਇੱਕ ਮੋਬਾਈਲ ਫੋਨ ਅਸੀਂ ਇਹ 'ਚ ਬਰਾਮਦ ਕੀਤਾ ਅਤੇ 2 ਦੋਸ਼ੀ ਜਿਹੜੇ ਹੈਗੇ ਅਸੀਂ ਗ੍ਰਿਫਤਾਰ ਕੀਤੇ ਆ ਰਮਨ ਕੁਮਾਰ ਦੀ ਇਹ ਸ਼ੋਪ ਸੀ ਜਿਹਨਾਂ ਦੇ ਅਸੀਂ ਬਿਆਨਾਂ 'ਤੇ ਇਹ ਪਰਚਾ ਦਰਜ ਕੀਤਾ ਸੀਗਾ 2 ਬੰਦੇ ਅਸੀਂ ਫੜੇ ਆ ਇੱਕ ਸਰਬਜੀਤ ਆ ਇੱਕ ਜੋਬਨਪ੍ਰੀਤ ਆ ਦੋਵੇਂ ਚਾਚੇ ਤਾਏ ਦੇ ਬੇਟੇ ਹੈਗੇ ਆਪਸ 'ਚ ਅਤੇ ਇਹਨਾਂ ਦੋਨਾਂ ਨੇ ਚੋਰੀ ਨੂੰ ਅੰਜਾਮ ਦਿੱਤਾ ਅੱਗੇ ਸਾਡੀ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੋਪ ਹੈ ਸਾਨੂੰ ਵੀ ਅਸੀਂ ਇਹਦੇ ਵਿੱਚੋਂ ਕਾਫੀ ਹੋਰ ਜਿਹੜੀਆਂ ਪਹਿਲਾਂ ਦੀਆਂ ਚੋਰੀਆਂ ਵਗੈਰਾ ਜਾਂ ਕ੍ਰਾਈਮ ਹੋਇਆ ਉਹ ਅਸੀਂ ਡਿਟੈਕਟ ਕਰ ਸਕਾਂਗੇ ਇਹ ਦੋਨੋਂ ਰਿਸ਼ਤੇਦਾਰ ਹਾਂਜੀ ਇਹ ਚਾਚੇ ਤਾਏ ਦੇ ਬੇਟੇ ਇਹਨਾਂ ਦੀ ਕੋਈ ਪ੍ਰੋਫਾਈਲ ਪੁਲਿਸ ਨੇ ਸਾਹਮਣੇ ਆਈ ਹੈ ਵੀ ਕੀ ਨਹੀਂ ਹਲੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸੋ ਸਾਨੂੰ ਹੋਪ ਹੈ ਕਾਫੀ ਇਹਦੇ ਤੋਂ ਹੋਰ ਕਾਫੀ ਜਾਣਕਾਰੀਆਂ ਜਾਂ ਕੋਈ ਪੁਰਾਣੀ ਵਾਰਦਾਤ ਅਸੀਂ ਜਿਹਦੇ 'ਚ ਇਸੇ ਤਰ੍ਹਾਂ ਦੇ ਨਾਲ ਹੋਰ ਵੀ ਬਹੁਤ ਘਟਨਾਵਾਂ ਹੋਈਆਂ ਨੇ 2-3 ਘਟਨਾਵਾਂ ਥੋੜ੍ਹੇ ਸਮੇਂ 'ਚ ਹੋਈਆਂ ਨੇ ਕੀ ਪੁਲਿਸ ਨੂੰ ਉਮੀਦ ਹੈ ਕਿ ਇਨਪੁੱਟ ਮਿਲ ਸਕੇ ਬਿਲਕੁਲ ਜੀ ਬਿਲਕੁਲ ਇਨਪੁੱਟ ਮਿਲੂਗਾ ਅਸੀਂ ਉਹਨਾਂ ਸਾਰੀਆਂ ਵਾਰਦਾਤਾਂ 'ਤੇ ਇੱਕ ਵਰਕਆਊਟ ਵੀ ਕਰ ਰਹੇ ਹਾਂ ਕਈ ਜਗ੍ਹਾ 'ਤੇ ਸਾਨੂੰ ਲੀਡਸ ਵੀ ਅੱਛੀਆਂ ਮਿਲੀਆਂ ਹੋਈਆਂ ਅਤੇ ਫਰਦਰ ਕਮਿੰਗ ਡੇਜ਼ ਦੇ ਵਿੱਚ ਅਸੀਂ ਕਾਫੀ ਸਾਨੂੰ ਉਮੀਦ ਆ ਵੀ ਅਸੀਂ ਕਾਫੀ ਟ੍ਰੇਨਿੰਗ ਚੋਂ ਵਾਰਦਾਤਾਂ ਟਰੇਸ ਆਊਟ ਕਰ ਲਾਂਗੇ ਪੁਲਿਸ ਨੇ ਇੱਕ ਜਿਹੜੀ ਚੋਰੀ ਦੀ ਅਮਾਊਂਟ ਸੀਗੀ ਉਹ ਉਹਦੇ ਚੋਂ ਬਹੁਤ ਵੱਡਾ ਹਿੱਸਾ ਹੀ ਰਿਕਵਰ ਕਰ ਲਿਆ ਕੀ ਮੰਨਦੇ ਹੋ ਕਿ ਪੂਰਾ ਹੀ ਕਰ ਲਿਆ ਜੀ ਪੂਰਾ ਹੀ ਕਰ ਲਿਆ ਜੈਸੇ ਮੈਂ ਤੁਹਾਨੂੰ ਦੱਸਿਆ ਵੀ ਸਾਡਾ ਆਲਮੋਸਟ 3 ਦਿਨ ਵੀ ਹਜੇ ਪੂਰੇ ਨਹੀਂ ਹੋਏ 3 ਦਿਨਾਂ ਦੇ ਵਿੱਚ ਹੀ ਅਸੀਂ ਜਿਹੜਾ ਹੈਗਾ ਇਹ ਟਰੇਸ ਆਊਟ ਕਰਤਾ ਉਹਨਾਂ ਨੂੰ ਹਜੇ ਮੌਕਾ ਨਹੀਂ ਮਿਲਿਆ ਸੀ ਇਹਨੂੰ ਮਨੀ ਨੂੰ ਖਰਚਣ ਦਾ ਜਾਂ ਯੂਜ਼ ਕਰਨ ਦਾ ਅਤੇ ਬਿਕੋਜ਼ ਉਹ ਹਜੇ ਮਨੀ ਲੈ ਕੇ ਇੱਧਰ ਉੱਧਰ ਮਤਲਬ ਜਿਹੜਾ ਸਾਨੂੰ ਜਿਵੇਂ ਜਿਵੇਂ ਉਹਨੂੰ ਟਰੈਕ ਮਿਲ ਰਿਹਾ ਸੀਗਾ ਉਹ ਇੱਕ ਜਗ੍ਹਾ 'ਤੇ ਰੁਕੇ ਨਹੀਂ ਵੀ ਜਾ ਕਿਤੇ ਖਰਚ ਸਕਦੇ ਹੋਣ ਤਾਂ ਇਹ ਉਹਦੇ 19 ਦੇਰ ਦੇ ਵਿੱਚ ਹੀ ਅਸੀਂ ਇਹਨਾਂ ਨੂੰ ਟਰੇਸ ਆਊਟ ਮੰਨਿਆ ਜਾ ਸਕਦਾ 100% ਰਿਕਵਰੀ ਕੀਤੀ ਜੀ ਬਿਲਕੁਲ 100% ਰਿਕਵਰੀ ਕਿੱਥੇ ਦੇ ਰਹਿਣ ਵਾਲੇ ਸੀ ਇਹ ਇਹ ਦੋਨੇਵਾਲ ਥਾਣਾ ਦੇ ਵਿੱਚ ਪੈਂਦਾ ਜੀ ਲੋਹੀਆਂ ਜ਼ਿਲ੍ਹਾ ਜਲੰਧਰ ਦੇ ਵਿੱਚ ਨਵਾਂ ਪਿੰਡ ਹੈਗਾ ਉੱਥੇ ਦੇ ਰਹਿਣ ਵਾਲੇ ਸਰ ਸਾਰੀ ਇੰਡੀਅਨ ਕਰੰਸੀ ਅਤੇ ਕੁਛ ਬਾਹਰਲੀ ਕਰੰਸੀ ਵੀ ਪਾਉਂਦੇ ਨਹੀਂ ਇੰਡੀਅਨ ਕਰੰਸੀ ਸਾਰੀ ਸਰ ਇਹਨਾਂ ਦੀ ਕੋਈ ਕ੍ਰਿਮੀਨਲ ਬੈਕਗ੍ਰਾਊਂਡ ਨਹੀਂ ਹਜੇ ਕੋਈ ਕ੍ਰਿਮੀਨਲ ਬੈਕਗ੍ਰਾਊਂਡ ਨਹੀਂ ਬਾਕੀ ਅਸੀਂ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਅਤੇ ਜਿਵੇਂ ਵੀ ਅੱਗੇ ਕੋਈ ਟਰੇਸ ਆਊਟ ਜਾਂ ਕੁਛ ਵੀ ਹੋਏਗਾ ਅਸੀਂ ਤੁਹਾਨੂੰ ਨਾਲ ਦੇਣਾ ਇੱਥੇ ਦੇ ਰਹਿਣ ਵਾਲੇ ਸਰ ਸਾਰੀ ਇੰਡੀਅਨ ਕਰੰਸੀ ਅਤੇ ਕੁਛ ਬਾਹਰਲੀ ਕਰੰਸੀ ਵੀ ਪਾਉਂਦੇ ਨਹੀਂ ਇੰਡੀਅਨ ਕਰੰਸੀ ਸਾਰੀ ਸਰ ਇਹਨਾਂ ਦੀ ਕੋਈ ਕ੍ਰਿਮੀਨਲ ਬੈਕਗ੍ਰਾਊਂਡ ਨਹੀਂ ਹਜੇ ਕੋਈ ਕ੍ਰਿਮੀਨਲ ਬੈਕਗ੍ਰਾਊਂਡ ਨਹੀਂ ਬਾਕੀ ਅਸੀਂ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਅਤੇ ਜਿਵੇਂ ਵੀ ਅੱਗੇ ਕੋਈ ਟਰੇਸ ਆਊਟ ਜਾਂ ਕੁਛ ਵੀ ਹੋਏਗਾ ਅਸੀਂ ਤੁਹਾਨੂੰ ਨਾਲ ਦੇਣਾ ਇਹ ਮੰਡੀ ਦੇ ਵਿੱਚੋਂ ਮੰਡੀ ਚੱਲਦਾ ਕਿੱਥੇ ਹਾਂ ਦਾਣਾ ਮੰਡੀ ਤੋਂ ਫੜੇ ਗਏ ਜੀ ਆਪਣੇ ਵੀ ਘਰ ਦੇ ਕੋਲ ਅਕੋਰਡਿੰਗ ਟੂ ਲੋਕੇਸ਼ਨ ਨਹੀਂ ਅਕੋਰਡਿੰਗ ਟੂ ਲੋਕੇਸ਼ਨ ਬਾਕੀ ਸਾਡੇ ਖੁਫੀਆ ਸੋਰਸ ਵੀ ਚੱਲ ਰਹੇ ਸੀ ਨਾਲ ਨਾਲ ਪਲੱਸ ਸਾਡੇ ਕੋਲੋਂ ਕੁਛ ਸਾਡਾ ਜਿਹੜਾ ਟੈਕਨੀਕਲੀ ਅਸੀਂ ਕੁਛ ਜਿਹੜਾ ਕਰ ਰਹੇ ਸੀਗੇ ਮੋਬਾਈਲ ਦੇ ਵੀ ਟਰੈਕਿੰਗ ਕਰ ਰਹੇ ਸੀ ਉਹ 2-3 ਪੁਆਇੰਟ ਨੇ ਜਿਹੜੇ ਜਿਨ੍ਹਾਂ ਨੇ ਸਾਨੂੰ ਹੈਲਪ ਕੀਤੀ ਹੈ ਇਸ ਚੀਜ਼ ਨੂੰ ਇਨਵੈਸਟੀਗੇਸ਼ਨ ਫਰਦਰ ਮੁਕੰਮਲ ਬਿਲਕੁਲ ਹੋ ਸਕਦਾ ਜੀ ਕੋਈ ਵੱਡੀ ਗੱਲ ਨਹੀਂ ਹੈ ਉਹ ਜਿਹੜਾ ਤੁਹਾਨੂੰ ਮੈਂ ਫਿਰ ਪਹਿਲਾਂ ਵੀ ਦੱਸਿਆ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਤੇ ਉਹ ਫਰਦਰ ਜਿਵੇਂ ਵੀ ਇਨਵੈਸਟੀਗੇਸ਼ਨ ਸਾਡੀ ਜਿਹੜੇ ਪਾਸੇ ਨੂੰ ਚੱਲੇਗੀ ਵਿਲ ਲੈਟ ਯੂ ਨੋ ਠੀਕ ਹੈ ਜੀ ਥੈਂਕ ਯੂ।